ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ। ਖੋਏ ਦੀਆਂ ਪਿੰਨੀਆਂ ਜਿਹੜੀਆਂ ਆ ਬਹੁਤ ਹੀ ਸਵਾਦ ਬਣਦੀਆਂ ਤੇ ਘਰ ਦੇ ਵਿੱਚ ਆਪਾਂ ਇਹਨਾਂ ਨੂੰ ਆਰਾਮ ਦੇ ਨਾਲ ਬਣਾ ਕੇ ਖਾ ਸਕਦੇ ਹਾਂ। ਤੇ ਵੈਸੇ ਵੀ ਜਿੱਦਾਂ ਬਾਹਰ ਦਾ ਖੋਇਆ ਜਿਹੜਾ ਜਿੱਦਾਂ ਮਿਲਾਵਟੀ ਹੁੰਦਾ ਆ ਤੇ ਇਹਨੂੰ ਆਪਾਂ ਘਰ ਦੇ ਵਿੱਚ ਹੀ ਬਣਾਈਏ ਤਾਂ ਜ਼ਿਆਦਾ ਵਧੀਆ ਹੈ, ਕਿਉਂਕਿ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਆਪਣੇ ਪਰਿਵਾਰ ਨੂੰ ਕਿਹੜੀ ਚੀਜ਼ ਜਿਹੜੀ ਖਵਾਉਂਦੇ ਪਏ ਹਾਂ। ਤੇ ਇਹਨੂੰ ਬਣਾਉਣ ਲਈ ਜਿਹੜੀਆਂ ਚੀਜ਼ਾਂ ਆਪਾਂ ਲਈਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ। ਜੇ ਚੈਨਲ ਤੇ ਪਹਿਲੀ ਵਾਰੀ ਆ ਕੇ ਤੁਸੀਂ ਸਾਡੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। 2 ਕਿਲੋ ਆਪਾਂ ਦੁੱਧ ਲਿਆ ਸੀ ਤੇ ਦੁੱਧ ਦੇਖੋ ਜਿਹੜਾ ਕਾੜ ਕੇ ਇਸ ਤਰੀਕੇ ਦੇ ਨਾਲ ਹੋ ਗਿਆ ਆ ਤੇ ਬਸ ਜਿਹੜਾ ਖੋਇਆ ਹੁਣ ਬਣ ਕੇ ਆਪਣਾ ਥੋੜੀ ਦੇਰ ਤੱਕ ਤਿਆਰ ਹੋ ਜਾਣਾ ਆ। ਜਿੱਦਾਂ ਹੁਣ ਆਪਾਂ ਖੋਇਆ ਜਦੋਂ ਬਣਾਉਣਾ ਆ, ਖੋਇਆ ਬਣਾਉਣ ਲੱਗੇ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਆ ਉਹਨਾਂ ਦਾ ਧਿਆਨ ਰੱਖਣਾ ਆ। ਇੱਕ ਤਾਂ ਜਿਹੜੀ ਕੜਾਈ ਦੇ ਵਿੱਚ ਤੁਸੀਂ ਖੋਇਆ ਬਣਾਉਣਾ ਆ ਉਹ ਕੜਾਈ ਦਾ ਜਿਹੜਾ ਤਲਾ ਆ ਉਹ ਭਾਰਾ ਹੋਣਾ ਚਾਹੀਦਾ ਆ। ਉਹਦਾ ਕਾਰਨ ਇਹ ਕਿ ਜਿਹੜਾ ਖੋਇਆ ਆ ਸਾਡਾ ਉਹ ਥੱਲੇ ਨਹੀਂ ਲੱਗਣਾ ਚਾਹੀਦਾ ਦੁੱਧ, ਨਹੀਂ ਤਾਂ ਫਿਰ ਜੇ ਤਲਾ ਪਤਲਾ ਹੋਊਗਾ ਤੇ ਦੁੱਧ ਜਿਹੜਾ ਆ ਸਾਡਾ ਜਲਦੀ ਥੱਲੇ ਲੱਗੂਗਾ। ਤੇ ਦੂਸਰੀ ਗੱਲ, ਜਦੋਂ ਤੁਸੀਂ ਦੁੱਧ ਵਿੱਚ ਪਾ ਲੈਣਾ ਤੇ ਦੁੱਧ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਆ ਤੇ ਦੁੱਧ ਜਿਹੜਾ ਆ ਏਦਾਂ ਜਿਹੜਾ ਵੀ ਆਪਾਂ ਖੁਰਚਣੇ ਦੇ ਨਾਲ ਦੁੱਧ ਨੂੰ ਹਿਲਾਉਣਾ ਆ ਤੇ ਉਹ ਥੱਲੇ ਤੱਕ ਏਦਾਂ ਮਾਰਨਾ ਆ। ਨਾ ਤਾਂ ਦੁੱਧ ਦੇ ਉੱਤੇ ਆਪਾਂ ਮਲਾਈ ਜੰਮਣ ਦੇਣੀ ਆ ਤੇ ਨਾ ਜਿਹੜਾ ਦੁੱਧ ਏਦਾਂ ਸਾਈਡਾਂ ਤੇ ਜੰਮਣ ਦੇਣਾ, ਇਹ ਚੀਜ਼ ਦਾ ਤੁਸੀਂ ਬਸ ਧਿਆਨ ਰੱਖਣਾ ਆ। ਤੇ ਬਾਕੀ ਖੋਇਆ ਜਿਹੜਾ ਬਣਾਉਣਾ ਆ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਹੁਣ ਆਪਾਂ ਇਹਨੂੰ ਏਦਾਂ ਲਗਾਤਾਰ ਹਿਲਾਈ ਜਾਣਾ ਆ ਜਦੋਂ ਤੱਕ ਇਹ ਚੰਗੇ ਤਰੀਕੇ ਦੇ ਨਾਲ ਜਿਹੜਾ ਗਾੜਾ ਨਹੀਂ ਹੋ ਜਾਂਦਾ। ਤੇ ਬਾਕੀ ਦਾ ਜਿਹੜਾ ਸਮਾਨ ਲਿਆ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ। ਆਟਾ ਜਿਹੜਾ ਆ ਆਪਾਂ 400 ਗ੍ਰਾਮ ਲਿਆ ਆ ਤੇ ਪਾਈਆ ਆਪਾਂ ਦੇਸੀ ਘਿਓ ਲਿਆ ਆ ਤੇ 300 ਗ੍ਰਾਮ ਜਿਹੜੀ ਆ ਧਾਗੇ ਵਾਲੀ ਮਿਸ਼ਰੀ ਲਈ ਆ। ਮਿਸ਼ਰੀ ਨੂੰ ਆਪਾਂ ਪੀਸ ਕੇ ਤੇ ਇਹਨੂੰ ਇੱਕ ਵਾਰੀ ਛਾਣ ਲੈਣਾ ਆ ਤੇ ਫਿਰ ਆਪਾਂ ਇਹਨੂੰ ਆਟੇ ਤੇ ਖੋਏ ਦੇ ਵਿੱਚ ਮਿਲਾਵਾਂਗੇ। ਦੇਖੋ ਜੇ ਇਹ ਆਪਾਂ 2 ਕਿਲੋ ਦੁੱਧ ਲੈਂਦੇ ਹਾਂ ਤੇ ਦੋ ਵਧੀਆ ਦੁੱਧ ਹੋਵੇ ਸਾਡਾ ਵਧੀਆ। ਜਦੋਂ ਇਸ ਤਰੀਕੇ ਦੇ ਨਾਲ ਆਪਣਾ ਦੁੱਧ ਜਿਹੜਾ ਆ ਸੰਘਣਾ ਹੋ ਜਾਵੇ ਫਿਰ ਇਹਨੂੰ ਆਪਾਂ ਲਗਾਤਾਰ ਹਿਲਾਉਣਾ ਆ। ਹੱਥ ਜਿਹੜਾ ਸਾਡਾ ਰੁਕਣਾ ਨਹੀਂ ਚਾਹੀਦਾ ਤੇ ਬਿਲਕੁਲ ਇੱਦਾਂ ਥੱਲੇ ਤੱਕ ਖੁਰਚਣਾ ਮਾਰਨਾ ਆ। ਤੇ ਜਿਹਦਾ ਆਪਾਂ 2 ਕਿਲੋ ਦੁੱਧ ਲਿਆਇਆ ਜੇ ਵਧੀਆ ਦੁੱਧ ਹੋਵੇ ਤਾਂ 2 ਕਿਲੋ ਦੁੱਧ ਦੇ ਵਿੱਚ ਤਾਂ ਜਿਹੜਾ ਆ ਆਪਣਾ 1/2 ਕਿਲੋ ਜਿਹੜਾ ਖੋਇਆ ਆਰਾਮ ਨਾਲ ਨਿਕਲ ਆਉਂਦਾ ਆ, ਕਿਉਂਕਿ ਖੋਇਆ ਭਾਰਾ ਹੁੰਦਾ ਆ। ਤੇ 1/2 ਕਿਲੋ ਜੇ ਆਪਣਾ ਨਿਕਲਿਆ ਆ ਖੋਇਆ ਤੇ 1/2 ਕਿਲੋ ਹੀ ਤੁਸੀਂ ਉਹਦੇ ਵਿੱਚ ਆਟਾ ਪਾ ਸਕਦੇ ਹੋ। ਜੇ ਤੁਸੀਂ ਖੋਏ ਦਾ ਥੋੜ੍ਹਾ ਜਿਹਾ ਜਿਹੜਾ ਜ਼ਿਆਦਾ ਸਵਾਦ ਰੱਖਣਾ ਆ ਫਿਰ ਤੁਸੀਂ ਜਿਹੜਾ ਆਟਾ 400 ਗ੍ਰਾਮ ਪਾ ਸਕਦੇ ਹੋ। ਦੇਖੋ ਕਿੰਨਾ ਬਿਲਕੁਲ ਸੰਘਣਾ ਜਿਹਾ ਹੋ ਗਿਆ, ਬਸ ਥੋੜ੍ਹਾ ਜਿਹਾ ਆਪਾਂ ਨੂੰ ਹੋਰ ਇਹਨੂੰ ਪਕਾਉਣਾ ਪੈਣਾ ਆ। ਹੋਇਆ ਦੇਖੋ ਆਪਣਾ ਬਸ ਬਣਨ ਵਾਲਾ ਆ ਤੇ ਇਹਨੂੰ 2-3 ਮਿੰਟ ਹੀ ਹੋਰ ਲੱਗਣੇ ਆ ਤੇ ਜਿਹੜੀ ਮਿਸ਼ਰੀ ਆ ਉਹਨੂੰ ਆਪਾਂ ਪੀਸ ਕੇ ਤਿਆਰ ਕਰ ਲੈਂਦੇ ਹਾਂ। ਹੋਇਆ ਦੇਖੋ ਸਾਡਾ ਬਣ ਕੇ ਤਿਆਰ ਆ, ਇਹਨੂੰ ਆਪਾਂ ਪਹਿਲਾਂ ਥੱਲੇ ਤਾਰ ਲੈਣਾ ਆ। ਦੇਖੋ ਥੱਲੇ ਤਾਰ ਕੇ ਵੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਆ ਕਿਉਂਕਿ ਕੜਾਈ ਜਿਹੜੀ ਗਰਮ ਹੁੰਦੀ ਆ ਤੇ ਇਸ ਕਰਕੇ ਇਹ ਥੱਲੇ ਨਹੀਂ ਲੱਗਣਾ ਚਾਹੀਦਾ। ਇਸ ਤਰੀਕੇ ਨਾਲ ਨਾਲੇ ਹਿਲਾਉਂਦੇ ਰਵਾਂਗੇ, ਨਾਲੇ ਠੰਡਾ ਵੀ ਹੋ ਜੂਗਾ ਇਹ ਤੇ ਨਾਲੇ ਥੱਲੇ ਨਹੀਂ ਲੱਗੂਗਾ। ਮਿਸ਼ਰੀ ਜਿਹੜੀ ਆਪਾਂ ਪੀਸ ਲਈ ਆ ਇਹਨੂੰ ਆਪਾਂ ਛਾਣ ਲੈਣਾ ਆ। ਆਹ ਜਿਹੜੀ ਮੋਟੀਆਂ ਚੀਜ਼ਾਂ ਜਿੱਦਾਂ ਨਿਕਲੀਆਂ ਜਾਂ ਵਿੱਚੋਂ ਧਾਗੇ ਦੇ ਨਿਕਲੇ ਆ ਮਿਸ਼ਰੀ ਦੇ ਉਹ ਜਿਹੜੇ ਆਪਾਂ ਸਾਈਡ 'ਤੇ ਕੱਢ ਦੇਣੇ ਆ ਅਤੇ ਹੁਣ ਜਿਹੜਾ ਸਾਡਾ ਆਟਾ ਆ ਉਹਨੂੰ ਅਸੀਂ ਭੁੰਨ ਕੇ ਤਿਆਰ ਕਰ ਲੈਣਾ ਹੈ। ਅਤੇ ਘਿਓ ਨੂੰ ਆਪਾਂ ਗਰਮ ਕਰ ਲੈਂਦੇ ਹਾਂ ਥੋੜ੍ਹਾ ਜਿਹਾ।
ਹਿਲਾਉਂਦੇ ਰਹਿਣਾ ਆਪਾਂ ਇਹਨੂੰ ਲਗਾਤਾਰ। ਜਦੋਂ ਇਹਦੇ 'ਚੋਂ ਜਿਹੜੀ ਇਹ ਖੁਸ਼ਬੂ ਆਟੇ ਦੇ ਵਿੱਚੋਂ ਆਉਣੀ ਸ਼ੁਰੂ ਹੋ ਜੂਗੀ, ਫਿਰ ਆਪਾਂ ਜਿਹੜਾ ਇਹਨੂੰ ਪੱਲੇ ਤਾਰਾਂਗੇ। ਆਟਾ ਦੇਖੋ ਸਾਡਾ ਭੁੰਨ ਕੇ ਤਿਆਰ ਆ। ਦੇਖੋ ਆਟਾ ਜਿਹੜਾ ਆ ਇਸ ਤਰੀਕੇ ਦੇ ਨਾਲ ਸੁੱਕਾ ਸੁੱਕਾ ਹੀ ਰੱਖਣਾ ਆ, ਬਹੁਤ ਜ਼ਿਆਦਾ ਜਿੱਦਾਂ ਇਹਦੇ ਵਿੱਚ ਘਿਓ ਨਹੀਂ ਪਾਉਣਾ ਹੈਗਾ। ਮਤਲਬ ਜਿੰਨਾ ਆਪਾਂ 400 ਗ੍ਰਾਮ ਦੇ ਵਿੱਚ ਇੰਨਾ ਘਿਓ ਜਿੰਨਾ ਪਾਇਆ ਬਸ ਇੰਨਾ ਹੀ ਪਾਉਣਾ ਆ, ਕਿਉਂਕਿ ਜ਼ਿਆਦਾ ਘਿਓ ਦਾ ਜਿਹੜਾ ਸਵਾਦ ਆ ਉਹ ਆਪਾਂ ਪਿੰਨੀਆਂ ਦੇ ਵਿੱਚ ਜਿਹੜਾ ਲੈ ਕੇ ਨਹੀਂ ਆਉਣਾ। ਹੁਣ ਆਪਾਂ ਇਹਦੇ ਵਿੱਚ ਪੀਸੀ ਹੋਈ ਜਿਹੜੀ ਸਾਡੀ ਮਿਸ਼ਰੀ ਆ ਉਹ ਆਪਾਂ ਪਾ ਦੇਣੀ ਆ। ਮਿਲਾ ਦਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ, ਤੇ ਜਿਹੜਾ ਖੋਇਆ ਆ ਉਹ ਵੀ ਆਪਾਂ ਨਾਲ ਹੀ ਪਾ ਦੇਣਾ। ਸੇਕ ਜਿਹੜਾ ਆ ਬਿਲਕੁਲ ਘੱਟ ਕਰ ਦੇਣਾ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾਉਣਾ ਆ। ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲਈਆਂ ਆ, ਇਹਨੂੰ ਹੁਣ ਆਪਾਂ ਥੱਲੇ ਤਾਰ ਕੇ ਇੱਕ ਖੁੱਲ੍ਹੇ ਭਾਂਡੇ 'ਚ ਪਾ ਲੈਣਾ ਆ। ਇਹਨੂੰ ਆਪਾਂ ਇੱਦਾਂ ਥੋੜ੍ਹਾ ਥੋੜ੍ਹਾ ਹਿਲਾ ਦਾਂਗੇ ਅਤੇ ਠੰਡਾ ਹੋਣ ਦੇਵਾਂਗੇ। ਠੰਡਾ ਥੋੜ੍ਹਾ ਜਿਹਾ ਕਰਕੇ ਕੋਸਾ ਕੋਸਾ ਜਦੋਂ ਰਹਿ ਜੂਗਾ ਫਿਰ ਇਹਦੀਆਂ ਜਿਹੜੀਆਂ ਆਪਾਂ ਪਿੰਨੀਆਂ ਵੱਟ ਕੇ ਤਿਆਰ ਕਰਾਂਗੇ। ਜਿੱਦਾਂ ਇਹਦੇ ਵਿੱਚ ਆਪਾਂ ਕੋਈ ਵੀ ਜਿੱਦਾਂ ਡਰਾਈ ਫਰੂਟਸ ਨਹੀਂ ਪਾਏ, ਅਤੇ ਜੇ ਤੁਸੀਂ ਪਾਉਣਾ ਚਾਹੋ ਸੋਗੀ ਜਾਂ ਜਿੱਦਾਂ ਬਦਾਮ ਜਾਂ ਕਾਜੂ ਉਹ ਤੁਸੀਂ ਪਾ ਸਕਦੇ ਹੋ। ਆਟਾ ਅਤੇ ਖੋਇਆ ਜਿਹੜਾ ਸਾਡਾ ਠੰਡਾ ਹੋ ਗਿਆ ਆ। ਆਹ ਦੇਖੋ ਬਦਾਮ ਜਿਹੜੇ ਆਪਾਂ 2 ਹਿੱਸਿਆਂ 'ਚ ਇਹਨਾਂ ਨੂੰ ਕਰਕੇ ਮਾੜਾ ਜਿਹਾ ਇਹਨਾਂ ਨੂੰ ਘਿਓ ਦੇ ਵਿੱਚ ਫਰਾਈ ਕਰ ਲਿਆ ਸੀ, ਇਹ ਜਿਹੜੇ ਬਦਾਮ ਆ ਆਪਾਂ ਉੱਪਰ ਲਾਵਾਂਗੇ। ਥੋੜ੍ਹਾ ਜਿਹਾ ਘੁੱਟ ਕੇ ਇਹਨੂੰ ਫੇਰ ਤੁਸੀਂ ਵੱਟਣਾ ਆ। ਕਈ ਜਿੱਦਾਂ ਖੋਏ ਦੇ ਵਿੱਚ ਸੂਜੀ ਵੀ ਪਾ ਲੈਂਦੇ ਆ, ਅਤੇ ਸੂਜੀ ਪਾਉਣਾ ਚਾਹੋ ਤਾਂ ਤੁਸੀਂ ਸੂਜੀ ਵੀ ਪਾ ਸਕਦੇ ਹੋ। ਪਿੰਨੀਆਂ ਜਿਹੜੀਆਂ ਸਾਡੀਆਂ ਬਣ ਕੇ ਤਿਆਰ ਨੇ, ਅਤੇ ਆਪਣੀਆਂ 15 ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਆ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਪਿੰਨੀਆਂ ਨੂੰ ਬਣਾਉਣਾ ਆ। ਬਸ ਜਦੋਂ ਤੁਸੀਂ ਖੋਇਆ ਬਣਾਉਣਾ ਆ ਉਸ ਟਾਈਮ ਧਿਆਨ ਰੱਖਣਾ ਆ, ਖੋਇਆ ਬਣਾਉਣ ਟਾਈਮ ਖੋਇਆ ਨੂੰ ਇੱਕ ਤਾਂ ਜਿਹੜਾ ਥੱਲੇ ਨਹੀਂ ਲੱਗਣ ਦੇਣਾ ਤੁਸੀਂ ਬਿਲਕੁਲ ਵੀ, ਅਤੇ ਦੂਸਰੀ ਗੱਲ ਜਿਹੜੀ ਉਹ ਦੁੱਧ ਦੇ ਉੱਤੇ ਮਲਾਈ ਨਹੀਂ ਆਉਣ ਦੇਣੀ ਹੈਗੀ, ਲਗਾਤਾਰ ਉਹਨੂੰ ਹਿਲਾਉਂਦੇ ਰਹਿਣਾ ਆ, ਫਿਰ ਜਿਹੜਾ ਤੁਹਾਡਾ ਵਧੀਆ ਖੋਇਆ ਜਿਹੜਾ ਬਣ ਕੇ ਤਿਆਰ ਹੋ ਜੂਗਾ। ਅਤੇ ਇਹ ਜਿਹੜੀਆਂ ਆਪਾਂ ਖੋਏ ਪਿੰਨੀਆਂ ਬਣਾਈਆਂ ਇਹਦੇ ਵਿੱਚ ਆਪਾਂ ਆਟਾ ਮਿਲਾਇਆ ਆ, ਕਈ ਜਿੱਦਾਂ ਸੂਜੀ ਵੀ ਮਿਲਾ ਲੈਂਦੇ ਆ ਆਟੇ ਦੀ ਜਗ੍ਹਾ ਦੇ ਉੱਤੇ, ਪਰ ਆਟਾ ਜਿਹੜਾ ਆ ਜ਼ਿਆਦਾ ਹੈਲਦੀ ਆ ਅਤੇ ਸਿਹਤ ਵਾਸਤੇ ਵੀ ਸਹੀ ਆ। ਅਤੇ ਇਸੇ ਤਰੀਕੇ ਨਾਲ ਬਣਾਇਓ ਅਤੇ ਖਾਇਓ। ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਆ ਕਰੋ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ। ਚੈਨਲ 'ਤੇ ਪਹਿਲੀ ਵਾਰੀ ਆ ਕੇ ਤੁਸੀਂ ਸਾਡੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।